ਦਲਜੀਤ ਦੋਸਾਂਝ ਦੇ ਦਿਲੋਂ ਮਿਨਾਤੀ ਟੂਰ ਦਾ ਪੰਜਵਾਂ ਸ਼ੋਅ ਵੀ ਰਿਹਾ ਸੁਪਰ ਹਿੱਟ। ਸਤਿ ਸ਼੍ਰੀ ਅਕਾਲ, ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੱਸਦੇ ਕਿ ਇਸ ਸਮੇਂ ਪੰਜਾਬ ਦੇ ਮਸ਼ਹੂਰ ਕਲਾਕਾਰ ਦਲਜੀਤ ਦੋਸਾਂਝ ਦਿਲੋਂ ਮਿਨਾਤੀ ਟੂਰ ਦੇ ਉੱਪਰ ਨੇ। ਇਸ ਟੂਰ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਵੱਖ ਵੱਖ ਜਗ੍ਹਾ ਤੇ ਲਾਈਵ ਸ਼ੋਅ ਕੀਤੇ ਜਾ ਰਹੇ ਨੇ। ਉਹਨਾਂ ਦਾ ਪਹਿਲਾ ਲਾਈਵ ਸ਼ੋਅ ਵੈਂਕੂਵਰ ਦੇ ਬੀਸੀ ਸਟੇਡੀਅਮ ਦੇ ਵਿੱਚ ਸੀ। ਇਸ ਸ਼ੋਅ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਵੱਡਾ ਰਿਕਾਰਡ ਤੋੜ ਦਿੱਤਾ ਗਿਆ। ਹਾਲਾਂਕਿ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ। ਦੱਸੀਏ ਕਿ ਜਿਸ ਸਟੇਡੀਅਮ ਦੇ ਵਿੱਚ ਦਲਜੀਤ ਦੋਸਾਂਝ ਦਾ ਪਹਿਲਾ ਸ਼ੋਅ ਦਿਲੋਂ ਮਿਨਾਤੀ ਟੂਰ ਦਾ ਪਹਿਲਾ ਸ਼ੋਅ ਹੋਇਆ ਸੀ, ਉਸ ਸਟੇਡੀਅਮ ਦੇ ਵਿੱਚ 54,000 ਲੋਕਾਂ ਦੇ ਬੈਠਣ ਦੀ ਸਮਰੱਥਾ ਸੀ ਅਤੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਸ਼ੋਅ ਦੀਆਂ 54,000 ਟਿਕਟਾਂ ਵਿਕ ਚੁੱਕੀਆਂ ਸਨ, ਜਿਸ ਤੋਂ ਬਾਅਦ ਦਲਜੀਤ ਦੋਸਾਂਝ ਦੇ ਵੱਲੋਂ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਗਿਆ ਸੀ। ਦਲਜੀਤ ਦੋਸਾਂਝ ਪੰਜਾਬ ਦੇ ਅਜਿਹੇ ਪਹਿਲੇ ਕਲਾਕਾਰ ਨੇ ਜਿਨ੍ਹਾਂ ਦੇ ਲਾਈਵ ਸ਼ੋਅ ਦੇ ਵਿੱਚ ਇੰਨਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਗਿਆ, ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਸ਼ੋਅ ਸੁਪਰ ਹਿੱਟ ਜਾ ਰਹੇ ਨੇ ਅਤੇ ਤੀਸਰਾ ਸ਼ੋਅ ਜੋ ਕਿ ਐਡਮਿੰਟਨ ਦੇ ਵਿੱਚ ਸੀ, ਇਸ ਸ਼ੋਅ ਦੇ ਵਿੱਚ ਦਲਜੀਤ ਦੋਸਾਂਝ ਦੀ ਡਰੈਸਿੰਗ ਸੈਂਸ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਦੱਸਦੇ ਕਿ ਇਸ ਸ਼ੋਅ ਦੇ ਦੌਰਾਨ ਦਲਜੀਤ ਦੋਸਾਂਝ ਦੇ ਵੱਲੋਂ ਸਿਲਵਰ ਕਲਰ ਦਾ ਕੁੜਤਾ ਅਤੇ ਚਾਦਰਾ ਬੰਨਿਆ ਗਿਆ ਸੀ, ਜਿਸ ਤੋਂ ਬਾਅਦ ਕਿ ਪ੍ਰਸ਼ੰਸਕਾਂ ਨੇ ਉਹਨਾਂ ਦੇ ਡਰੈਸਿੰਗ ਸੈਂਸ ਨੂੰ ਲੈ ਕੇ ਕਾਫੀ ਟਿੱਪਣੀਆਂ ਵੀ ਕੀਤੀਆਂ ਸਨ। ਇਸ ਸ਼ੋਅ ਦੀਆਂ ਵਾਇਰਲ ਵੀਡੀਓਜ਼ ਦੇ ਉੱਪਰ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੱਖ ਵੱਖ ਤਰੀਕੇ ਦੇ ਕਮੈਂਟ ਕੀਤੇ ਜਾ ਰਹੇ ਸਨ। ਇੱਕ ਯੂਜ਼ਰ ਦਾ ਕਹਿਣਾ ਸੀ ਕਿ ਦਲਜੀਤ ਕਿੰਗ ਆਫ ਪੰਜਾਬ ਹੈ ਅਤੇ ਕਈ ਯੂਜ਼ਰਸ ਦੇ ਵੱਲੋਂ ਉਸ ਦੀ ਡਰੈਸਿੰਗ ਸੈਂਸ ਨੂੰ ਲੈ ਕੇ ਵੀ ਤਾਰੀਫ ਕੀਤੀ ਗਈ। ਉੱਥੇ ਦੱਸਦੀਏ ਕਿ ਇਸ ਸ਼ੋਅ ਦੇ ਵਿੱਚ ਪੰਜਾਬ ਦੇ ਕਲਾਕਾਰ ਸੁਲਤਾਨ ਵੀ ਪਹੁੰਚੇ ਸਨ। ਸੁਲਤਾਨ ਆਪਣੀ ਮਾਤਾ ਦੇ ਨਾਲ ਦਲਜੀਤ ਦੋਸਾਂਝ ਦਾ ਇਹ ਲਾਈਵ ਸ਼ੋਅ ਦੇਖਣ ਆਏ, ਜਿਸ ਤੋਂ ਬਾਅਦ ਦਲਜੀਤ ਦੋਸਾਂਝ ਨੇ ਉਹਨਾਂ ਨੂੰ ਸਟੇਜ ਦੇ ਉੱਪਰ ਬੁਲਾਇਆ ਅਤੇ ਮਾਤਾ ਦੇ ਪੈਰਾਂ ਵਿੱਚ ਸਿਰ ਰੱਖ ਕੇ ਮੱਥਾ ਵੀ ਟੇਕਿਆ ਅਤੇ ਨਾਲ ਹੀ ਕਿਹਾ ਕਿ ਸਾਨੂੰ ਤੁਹਾਡੇ ਪੁੱਤ ਸੁਲਤਾਨ ਦੇ ਉੱਪਰ ਮਾਣ ਹੈ। ਇਸੇ ਦੇ ਦੌਰਾਨ ਦਲਜੀਤ ਦੋਸਾਂਝ ਦਾ ਇੱਕ ਹੋਰ ਵਿਵਾਦ ਪੰਜਾਬੀ ਰੈਪਰ ਨਸੀਬ ਦੇ ਨਾਲ ਵੀ ਸਾਹਮਣੇ ਆਇਆ ਸੀ। ਰੈਪਰ ਨਸੀਬ ਦੇ ਵੱਲੋਂ ਦਲਜੀਤ ਦੋਸਾਂਝ ਦੇ ਉੱਤੇ ਕਈ ਆਰੋਪ ਲਗਾਏ ਗਏ ਅਤੇ ਇਸ ਦੇ ਸੰਬੰਧ ਦੇ ਵਿੱਚ ਕਈ ਪੋਸਟਾਂ ਵੀ ਸ਼ੇਅਰ ਕੀਤੀਆਂ ਗਈਆਂ। ਰੈਪਰ ਨਸੀਬ ਦਾ ਕਹਿਣਾ ਹੈ ਕਿ ਦਲਜੀਤ ਦੋਸਾਂਝ ਇਲੂਮਿਨਾਤੀ ਦੇ ਨਾਲ ਸੰਬੰਧ ਰੱਖਦੇ ਨੇ, ਜਿਸ ਦੇ ਜਵਾਬ ਦੇ ਵਿੱਚ ਦਲਜੀਤ ਦੋਸਾਂਝ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ। ਉਹਨਾਂ ਨੇ ਸਟੋਰੀ ਪਾ ਕੇ ਨਸੀਬ ਦੀ ਇਸ ਗੱਲ ਦਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਨਸੀਬ ਵੀਰ, ਮੇਰੇ ਵੱਲੋਂ ਤੈਨੂੰ ਬਹੁਤ ਸਾਰਾ ਪਿਆਰ। ਤੁਸੀਂ ਆਪ ਹੀ ਸਵਾਲ ਕਰ ਰਹੇ ਹੋ ਅਤੇ ਆਪ ਹੀ ਇਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਹੋ। ਮੇਰੇ ਵੱਲੋਂ ਸਿਰਫ ਪਿਆਰ, ਪਿਆਰ ਤੇ ਪਿਆਰ। ਜਿਸ ਦੇ ਬਾਵਜੂਦ ਵੀ ਨਸੀਬ ਨਹੀਂ ਟਲਿਆ ਅਤੇ ਉਸਦੇ ਵੱਲੋਂ ਹੋਰ ਵੀ ਕਈ ਪੋਸਟਾਂ ਦਲਜੀਤ ਨੂੰ ਲੈ ਕੇ ਸਾਂਝੀਆਂ ਕੀਤੀਆਂ ਗਈਆਂ, ਜਿਸ ਦੇ ਵਿੱਚ ਉਸਨੇ ਦਲਜੀਤ ਦੋਸਾਂਝ ਦੇ ਨਾਲ ਉਸਦੀ ਮੈਨੇਜਰ ਨੂੰ ਵੀ ਸ਼ਾਮਿਲ ਕਰ ਲਿਆ। ਉੱਥੇ ਦੱਸਦੀਏ ਕਿ ਹੁਣ ਦਲਜੀਤ ਦੋਸਾਂਝ ਦਾ ਦਿਲੋਂ ਮਿਨਾਤੀ ਟੂਰ ਦਾ ਪੰਜਵਾਂ ਸ਼ੋਅ ਕੈਲੀਫੋਰਨੀਆ ਦੇ ਵਿੱਚ ਹੋਇਆ, ਜਿਹੜਾ ਕਿ ਇੱਕ ਵਾਰ ਫਿਰ ਤੋਂ ਸੁਪਰ ਹਿੱਟ ਸ਼ੋਅ ਦੱਸਿਆ ਗਿਆ। ਇਸ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਅਤੇ ਦੱਸਦੀਏ ਦਲਜੀਤ ਦੋਸਾਂਝ ਦੇ ਵੱਲੋਂ ਆਪਣਾ ਪੰਜਵਾਂ ਸ਼ੋਅ ਜੋ ਕਿ ਕੈਲੀਫੋਰਨੀਆ ਦੇ ਵਿੱਚ ਸੀ, ਉਹ ਮਸ਼ਹੂਰ ਸ਼ਾਇਰ ਅਤੇ ਕਵੀ ਸੁਰਜੀਤ ਪਾਤਰ ਨੂੰ ਡੈਡੀਕੇਟ ਕੀਤਾ ਗਿਆ। ਕੁਝ ਸਮਾਂ ਪਹਿਲਾਂ ਹੀ ਸੁਰਜੀਤ ਪਾਤਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਜਿਸ ਕਾਰਨ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਝਟਕਾ ਲੱਗਾ ਸੀ। ਸੁਰਜੀਤ ਪਾਤਰ ਨੂੰ ਇਸ ਸ਼ੋਅ ਦੇ ਵਿੱਚ ਦਲਜੀਤ ਦੋਸਾਂਝ ਦੇ ਵੱਲੋਂ ਅਨੋਖੇ ਅੰਦਾਜ਼ ਦੇ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਇਹ ਪੂਰਾ ਲਾਈਵ ਸ਼ੋਅ ਸੁਰਜੀਤ ਪਾਤਰ ਨੂੰ ਡੈਡੀਕੇਟ ਕੀਤਾ ਗਿਆ।